ਆਪਣਾ ਜਿਹੜਾ ਇਲਾਕਾ ਪੰਜਾਬ ਦਾ ਹਰਿਆਣੇ ਦੇ ਵਿੱਚੋਂ ਪੁੰਨੀ ਪਿੰਡ ਤੋਂ ਬੰਨ ਟੁੱਟਣ ਦੇ ਨਾਲ ਸਾਡੇ ਘੱਟੋ ਘੱਟ 22 ਪਿੰਡਾਂ ਦਾ ਨੁਕਸਾਨ ਹੋਇਆ। ਜਿਹੜੀ ਕਿ ਜੀਰੀ ਲੱਗੀ ਹੋਈ ਸੀ, ਜੀਰੀ ਲੱਗਣ ਦੇ ਕਾਰਨ ਸਾਰੇ ਇਲਾਕੇ ਦਾ ਨੁਕਸਾਨ ਹੋ ਗਿਆ। ਦੋਹਰੀ ਤੇਰੀ ਮਾਰ ਜ਼ਿਮੀਦਾਰ ਨੂੰ ਪੈ ਗਈ ਹੈ, ਸਿਰਫ ਇੱਕ ਸਰਪੰਚ ਦੀ ਅਣਗਹਿਲੀ ਨਾਲ। ਬੁੰਨੀ ਹਰਿਆਣਾ ਤੋਂ ਟੁੱਟਿਆ ਹੋਇਆ ਜਿਹੜਾ ਬੰਨ ਹੈ ਟਾਂਗਰੀ ਨਦੀ ਦਾ, ਉਸਨੂੰ ਬੰਨਣ ਦੀ ਕੋਸ਼ਿਸ਼ ਜਿਹੜੀ ਹੈ ਕਾਫੀ ਲੋਕਾਂ ਨੇ ਸਵੇਰ ਦੀ ਕੀਤੀ। ਬਹੁਤ ਪਿੰਡਾਂ ਦੇ ਲੋਕ ਉੱਥੇ ਪਹੁੰਚੇ ਸੀਗੇ ਪਰ ਨਾਕਾਮਯਾਬ ਰਹੇ, ਕਿਉਂਕਿ ਇੱਕ ਤਾਂ ਤਰੀਕੇ ਦੀ ਕਮੀ ਸੀ ਕਿਸ ਤਰ੍ਹਾਂ ਨਾਲ ਪਾਣੀ ਨੂੰ ਰੋਕਣਾ। ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਦਰਖਤ ਦੇਖੋ ਕਿਸ ਤਰ੍ਹਾਂ ਦੇ ਨਾਲ ਵੱਡੇ ਵੱਡੇ ਵੱਢ ਕੇ ਵਿੱਚ ਸੁੱਟਣ ਦੀ ਕੋਸ਼ਿਸ਼ ਕਰ ਰਹੇ ਆ, ਥੈਲੇ ਮਿੱਟੀ ਦੇ ਭਰ ਕੇ ਸੁੱਟਣ ਦੀ ਕੋਸ਼ਿਸ਼ ਕਰ ਰਹੇ ਆ, ਪਰ ਜਿਹੜਾ ਪਾਣੀ ਹੈ ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ, ਇੰਨਾ ਡੂੰਘਾ ਹੋ ਚੁੱਕਾ ਕਿ ਸਾਰੇ ਅਸਮਰਥ ਨੇ। ਪਰ ਵੱਡੀ ਗੱਲ ਇਹ ਆ, ਕੋਈ ਵੀ ਪ੍ਰਸ਼ਾਸਨ ਉੱਥੇ ਨਹੀਂ ਪਹੁੰਚਿਆ, ਨਾ ਕੋਈ ਪੰਜਾਬ ਦਾ ਨਾ ਕੋਈ ਹਰਿਆਣਾ ਦਾ। ਹਾਲਾਂਕਿ 40-45 ਪਿੰਡ ਪੰਜਾਬ ਦੇ ਔਰ ਇੱਕ ਦੋ ਪਿੰਡ ਜਿਹੜਾ ਹਰਿਆਣੇ ਦਾ ਹੈ। ਆਪਣਾ ਜਿਹੜਾ ਇਲਾਕਾ ਹੈ ਪੰਜਾਬ ਦਾ ਹਰਿਆਣੇ ਦੇ ਵਿੱਚੋਂ ਪੁੰਨੀ ਪਿੰਡ ਤੋਂ ਬੰਨ ਟੁੱਟਣ ਦੇ ਨਾਲ ਸਾਡੇ ਘੱਟੋ ਘੱਟ 22 ਪਿੰਡਾਂ ਦਾ ਨੁਕਸਾਨ ਹੋਇਆ। ਜਿਹੜੀ ਕਿ ਜੀਰੀ ਲੱਗੀ ਹੋਈ ਸੀ, ਜੀਰੀ ਲੱਗਣ ਦੇ ਕਾਰਨ ਸਾਰੇ ਇਲਾਕੇ ਦਾ ਨੁਕਸਾਨ ਹੋ ਗਿਆ। ਦੋਹਰੀ ਤੇਰੀ ਮਾਰ ਜ਼ਿਮੀਦਾਰ ਨੂੰ ਪੈ ਗਈ ਹੈ, ਸਿਰਫ ਇੱਕ ਸਰਪੰਚ ਦੀ ਅਣਗਹਿਲੀ ਨਾਲ। ਇਸ ਕਰਕੇ ਕਿਸੇ ਵੀ ਮਹਿਕਮੇ ਦਾ, ਕਿਸੇ ਵੀ ਪ੍ਰਸ਼ਾਸਨ ਦਾ ਬੰਦਾ ਇੱਥੇ ਨਹੀਂ ਪਹੁੰਚਿਆ, ਨਾ ਪੰਜਾਬ ਦਾ ਨਾ ਹਰਿਆਣੇ ਦਾ। ਕਿਸੇ ਨੇ ਆਣ ਕੇ ਕੋਈ ਲੋਕਾਂ ਦੀ ਸਾਰ ਨਹੀਂ ਲਈ। ਪਿੰਡ ਦੇ ਇਲਾਕੇ ਦੇ ਲੋਕ ਪਏ ਨੇ ਪਰ ਉਹਨਾਂ ਦੀ ਪੇਸ਼ ਨਹੀਂ ਜਾਂਦੀ ਮਸ਼ੀਨਰੀ ਤੋਂ ਬਗੈਰ। ਕੋਈ ਪ੍ਰਬੰਧ ਨਹੀਂ ਇੱਥੇ ਥੈਲਿਆਂ ਦਾ ਹੋਇਆ, ਕਿਸੇ ਕਿਸਮ ਦਾ ਵੀ ਇੱਥੇ ਕੋਈ ਸਾਡੇ ਕੋਲ ਸਾਧਨ ਹੈ ਹੀ ਨਹੀਂ ਵੀ ਜਿਹਦੇ ਨਾਲ ਅਸੀਂ ਬੰਨ ਬੰਨ ਸਕੀਏ। ਅਸੀਂ ਪਾਣੀ ਦਾ ਨਿਕਾਸ ਤਾਂ ਹੀ ਬਣ ਸਕਦਾ ਜੇ ਪ੍ਰਸ਼ਾਸਨ ਮਾੜਾ ਮੋਟਾ ਦੇਵੇ, ਤਾਂ ਹੀ ਪਬਲਿਕ ਸਾਥ ਦੇ ਸਕਦੀ ਹੈ। ਇਕੱਲੀ ਪਬਲਿਕ ਕੁਛ ਨਹੀਂ ਕਰ ਸਕਦੀ। ਸਾਡੀ ਹੱਥ ਜੋੜ ਕੇ ਬੇਨਤੀ ਹੈ ਹਰਿਆਣਾ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ, ਜੇ ਨਾ ਬੰਨਿਆ ਗਿਆ ਬੰਨ ਤੇ ਘੱਟੋ ਘੱਟ ਸਾਡਾ 40 ਪਿੰਡਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਜਾਏਗਾ। ਸਾਡੇ 40 ਪਿੰਡਾਂ ਵਿੱਚ ਕੋਈ ਫਸਲ ਹੋਣ ਦੇ ਕੋਈ ਚਾਂਸ ਨਹੀਂ ਹੈਗੇ। ਇਸ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਤੇ ਘਰਾਂ ਦਾ ਵੀ ਬੜਾ ਬੁਰਾ ਹਾਲ ਹੋ ਜਾਏਗਾ, ਸਾਡੇ ਮਾਲਾਂ ਦਾ ਵੀ ਬੁਰਾ ਹਾਲ ਹੋ ਜਾਏਗਾ। ਪਹਿਲਾਂ ਪਾਣੀ ਨੇ, ਬਾਰਿਸ਼ ਦੇ ਪਾਣੀ ਨੇ ਬਹੁਤ ਨੁਕਸਾਨ ਕੀਤਾ, ਹੁਣ ਤੇ ਫਿਰ ਵੀ ਜੇ ਟਾਂਗਰੀ ਨਦੀ ਦਾ ਪਾਣੀ ਇੰਨਾ ਚਲਾ ਗਿਆ ਤੇ ਸਾਡੇ ਪਿੰਡ ਡੁੱਬਣ ਦੇ ਚਾਂਸ ਹੋ ਗਏ ਨੇ। ਤੇ ਇਸ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਹਰਿਆਣਾ ਸਰਕਾਰ ਨੂੰ, ਖਾਸ ਕਰਕੇ ਕਿ ਉਹਨਾਂ ਦੇ ਏਰੀਏ ਚੋਂ ਟੁੱਟਿਆ ਤੇ ਸਾਨੂੰ ਕੋਈ ਵੀ ਕਿਸੇ ਕਿਸਮ ਦੀ ਵੀ ਸਾਡੀ ਮਦਦ ਨਹੀਂ ਕੀਤੀ ਗਈ, ਤੇ ਮਿਹਰਬਾਨੀ ਕਰਕੇ ਸਾਡੇ ਖੱਟੜ ਸਾਹਿਬ ਨੂੰ ਬੇਨਤੀ ਹੈ ਤੁਸੀਂ ਦੇਖ ਸਕਦੇ ਹੋ ਦਰਖਤ ਵੱਡੇ ਵੱਡੇ ਵੱਢ ਕੇ ਸੁੱਟਣ ਦੀ ਜਿਹੜੀ ਕੋਸ਼ਿਸ਼ ਹੈ ਪਿੰਡ ਦੇ ਲੋਕ ਬਹੁਤ ਕਰ ਰਹੇ ਨੇ, ਵੱਖ ਵੱਖ ਪਿੰਡਾਂ ਦੇ ਜਿਹੜੇ ਪੂਰੇ ਪੰਜਾਬ ਖਟੋਲੀ ਔਜਾ ਮੋਰਗੜ ਇਧਰੋਂ ਰੱਤਾ ਖੇੜਾ ਤੇ ਹੋਰ ਕਾਫੀ ਪਿੰਡਾਂ ਖਾਲਸਾ ਪਿੰਡ ਦੇ ਲੋਕ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਦੂਰੋਂ ਦੂਰੋਂ, ਪਰ ਕਿਸੇ ਵੀ ਕੋਈ ਵੀ ਤਰੀਕਾ ਕਾਮਯਾਬ ਨਹੀਂ ਹੋ ਰਿਹਾ। ਤੁਸੀਂ ਦੇਖੋ ਇਹ ਦਰਖਤ ਜਿਵੇਂ ਵਿੱਚ ਸੁੱਟਦੇ ਆ ਵੱਡੇ ਵੱਡੇ ਵੱਢ ਕੇ, ਪਰ ਨਾਲ ਦੀ ਨਾਲ ਹੀ ਦਰਖਤ ਦੇਖੋ ਕਿਸ ਤਰ੍ਹਾਂ ਦੇ ਨਾਲ ਪਾਣੀ ਰੋੜ ਕੇ ਲੈ ਕੇ ਜਾ ਰਿਹਾ। ਵੱਡੇ ਵੱਡੇ ਮੁੱਢ ਜਿਹਨੂੰ ਵੱਢਣ ਤੇ ਇਹਨਾਂ ਨੂੰ ਘੱਟੋ ਘੱਟ ਘੰਟਾ ਲੱਗਾ ਔਰ ਪਾਣੀ ਨੇ 2 ਮਿੰਟਾਂ ਦੇ ਵਿੱਚ ਰੋੜ ਕੇ ਲੈ ਗਿਆ ਆਪਣੇ ਨਾਲ ਹੀ। ਤੇ ਦੇਖਣਾ ਹੋਊਗਾ ਵੀ ਪ੍ਰਸ਼ਾਸਨ ਕਦੋਂ ਪਹੁੰਚਦਾ, ਕਦੋਂ ਆਪਣੀ ਗੂੜੀ ਨੀਂਦ ਤੋਂ ਜਾਗਦਾ ਔਰ ਇਸ ਇਲਾਕੇ ਦੀ ਜਿਹੜੀ ਆ ਸਾਰ ਲੈਂਦਾ। Thank you.